ਅਸੀਂ ਆ ਤੁਹਾਡੇ ਕੋਲ ਕੰਸਲਟੇਸ਼ਨ ਮੰਗਵਾਈ ਅੱਜ ਅਸੀਂ ਸਾਰੇ ਸ਼ਹਿਰ ਦੇ 2-wheeler ਐਂਡ 4-wheeler ਡੀਲਰ ਕੋਲ ਬੇਨਤੀ ਸਨਿਮਰ ਲੈ ਕੇ ਜਾ ਰਹੇ ਹਾਂ ਨਾ ਮੰਨੇ ਅਤੇ ਫਿਰ ਮਨਾਉਣੀ ਵੀ ਆਉਂਦੀ ਹੈ ਸਾਨੂੰ ਡੈਮੋਕਰੇਟਿਕ ਤਰੀਕਾ ਇਨਕਲਾਬ ਜਿੰਦਾਬਾਦ ਵਾਲਾ ਵੀ ਸਾਡੇ ਕੋਲ ਹੈਗਾ FIRਾਂ ਵੀ ਦਰਜ ਕਰਾਵਾਂਗੇ ਤੁਹਾਨੂੰ ਸਾਰੇ ਸਮਾਜ ਸਾਰੇ ਸੂਬੇ ਅੰਦਰ ਬਦਨਾਮ ਵੀ ਰੱਜ ਕੇ ਕਰਾਂਗੇ RC ਬਣਦੀ ਆ ਤੁਹਾਡੀ 42,166 ਰੁਪਈਏ ਦੀ ਤੁਸੀਂ ਲੈ ਰਹੇ ਹੋ 49,000 ਇਹ 5,500 ਰੁਪਈਆ ਅਸੀਂ ਮਹਾਰਾਸ਼ਟਰ ਤੋਂ ਗੱਡੀ ਲੈਣ ਚੱਲੇ ਹਾਂ ਕੈਰੇਜ ਲਾ ਰਹੇ ਹਾਂ 5,500 ਰੁਪਈਆ ਅਸੀਂ ਤੁਹਾਡੇ ਸ਼ੋਰੂਮ 'ਚੋਂ ਗੱਡੀ ਲਈ ਆ ਵਾਏ ਵੂਈ ਪੇ ਜੀ ਅਸੀਂ ਮੈਂ ਨਾ ਝੱਜੂ ਤੁਹਾਡੇ ਉੱਥੇ ਟਾਟਾ 'ਚ ਜਾਂ ਮਹਿੰਦਰਾ 'ਚ ਵੀ ਜਾ ਕੇ ਪਵਾ ਸਕਦਾ ਜੀ ਗੁਰੂ ਦੀ ਐਡੀ ਕਿਰਪਾ ਹੈਗੀ ਮੈਂ ਉੱਥੇ ਵੀ ਕੋਈ 1,000-2,000 ਲੋਕਾਂ ਨੂੰ ਲਿਜਾਣ ਦੀ ਕਪੈਸਿਟੀ ਰੱਖਦਾ ਉੱਥੇ ਲਿਆ ਕੇ ਵੀ ਝੱਜੂ ਪਾ ਸਕਦਾ ਤੁਹਾਡੇ ਨਾਮ 'ਤੇ ਠੱਗੀ ਵੱਜ ਰਹੀ ਹੈ ਹਟੋਗੇ ਜੀ ਸਰ 35 ਲੈਖ ਤੋਂ ਥੱਲੇ ਵਾਲੀ ਗੱਡੀ 8% ਪਲੱਸ 770 ਰੁਪਈਆ ਦੇ ਪਰਚਾ ਖਰਚਾ ਬਚੂ ਐਂਡ ਨੋ ਐਨੀ ਕੈਰੇਜ ਆਹ ਤੁਹਾਡਾ RC ਦੇ ਚਾਰਜਿਸ ਆ 770 ਟੋਟਲ ਬਣਨਾ ਹੈ ਜੀ ਐਂਡ 8% ਤੁਸੀਂ ਇਹਦੇ ਉੱਤੇ ਲੈਣਾ ਨੋ ਐਨੀ ਚਾਰਜ ਮੈਂ ਕੱਲ੍ਹ ਪਰਸੋਂ ਨੂੰ ਫਿਰ ਤੁਹਾਡੇ ਕੋਲ ਬੰਦੇ ਕੋਟੇਸ਼ਨ ਲੈਣ ਲਈ ਜਾਂ ਗਾਹਕ ਬਣਾ ਕੇ ਭੇਜਣੇ ਆ ਠੀਕ ਹੈ ਜੀ ਅੱਜ ਮੈਂ ਤੁਹਾਨੂੰ ਰਿਸਪੈਕਟਫੁਲੀ ਦਾਦਾ ਮੋਟਰ ਰਿਸਪੈਕਟਫੁਲੀ ਕਹਿਣ ਆਇਆ ਕੱਲ੍ਹ ਨੂੰ ਕਹਿਣ ਨਹੀਂ ਆਉਣਾ ਮੈਂ ਦੁਬਾਰਾ ਕੈਰੇਜ 'ਤੇ ਠੱਗੀ ਫੜ ਲਈ RC ਵਾਲੀ ਅਤੇ ਦੁਬਾਰਾ ਕਹਿਣ ਨਹੀਂ ਆਉਣਾ ਉੱਥੇ GT ਰੋਡ 'ਤੇ ਬੈਠੂੰਗਾ ਬਾਹਰ ਅਤੇ ਸਾਰੇ DC ਅਤੇ DTO ਇੱਥੇ ਬੁਲਾਊਂਗਾ ਸਭ ਮੰਨਦੇ ਹੋ ਵੀ ਇਹ ਕੁਛ ਹੋ ਰਿਹਾ ਸਰ ਕੁਛ ਚੀਜ਼ਾਂ ਇੱਦਾਂ ਦੀਆਂ ਸੀ ਜੋ ਕੰਪਨੀ ਵੱਲੋਂ ਹੀ ਸੀਗੀਆਂ ਸਾਨੂੰ ਜੋ ਕਿ ਆਲਰੇਡੀ ਅਸੀਂ ਚੇਂਜ ਕਰ ਚੁੱਕੇ ਹਾਂ ਆਹ ਤਾਂ ਕੱਲ੍ਹ ਲੈ ਗਏ ਹਾਂ ਕੱਲ੍ਹ ਪਰਸੋਂ ਦੀ ਹੈਲੋ ਕੱਲ੍ਹ ਤੁਹਾਡੀ ਹੈ ਤਰੀਕ ਪੜ੍ਹ ਲਓ ਤਰੀਕ ਇੱਥੇ ਕਿਹੜੀ ਹੈਗੀ ਹੈ ਜਿੱਦਾਂ ਪੁਰਾਣੀ ਨਹੀਂ ਨਾ ਹੈਗੀ ਪਰਸੋਂ ਮੰਗਵਾਈ ਆ ਮੈਂ ਆਪ ਲੈ ਗਿਆ ਨੀਅਤ ਰਜਾਓ ਬਾਊ ਜੀ ਨੂੰ ਕਹੋ ਬਾਊ ਜੀ ਬੈਠੇ ਆ ਨਹੀਂ ਬੈਠੇ ਨਹੀਂ ਉਹਨਾਂ ਨੂੰ ਕਹੋ ਨੀਅਤ ਰਜਾ ਲਓ ਆਪਣੀ ਬੜਾ ਭਗਵਾਨ ਨੇ ਦੇ ਤਾ ਤੁਹਾਨੂੰ ਨੀਅਤ ਰਜਾ ਲਓ ਇੱਕ ਬੰਦਾ ਤੁਹਾਡੇ ਕੋਲੋਂ ਖਾਮ ਖਾਈ 15,000 ਰੁਪਈਆ ਲਟਾ ਕੇ ਚਲੇ ਜੇ ਕਿਉਂ ਕਿਸੇ ਨੇ ਕੋਈ ਮਤਲਬ ਕੋਈ ਠੱਗੀ ਮਾਰੀ ਹੋਈ ਹੈ ਕਿਸੇ ਨੇ ਕੋਈ ਚੋਰੀ ਬੇਈਮਾਨੀ ਦੇ ਪੈਸੇ ਨਹੀਂ ਬਿਲਕੁਲ ਖੂਨ ਪਸੀਨੇ ਦੀ ਕਿਰਤ ਕਮਾਈ ਕਰਦੇ ਆ ਲੋਕ ਲੁਧਿਆਣੇ ਦੇ ਨਾ ਲੁੱਟੋ ਉਹਨਾਂ ਨੂੰ ਹੁਣ ਇਹਨੂੰ ਕਿਰਪਾ ਕਰਕੇ ਬਾਊ ਜੀ ਨਾਲ ਸਾਂਝੀ ਕਰ ਲਿਓ ਗਾਂ ਤੋਂ ਤੁਹਾਨੂੰ ਰਿਸਪੈਕਟ ਨਾਲ ਨਹੀਂ ਕਹਿਣ ਹੋਣਾ ਗਾਂ ਨੂੰ ਸਾਡੇ ਕੋਲ ਜਿਹੜਾ ਸਾਡਾ ਲੋਕਤੰਤਰਿਕ ਤਰੀਕਾ ਫਿਰ ਅਸੀਂ ਉਹਦੇ 'ਤੇ ਆ ਜਾਂਦੇ ਨੋ ਚਾਰਜਿਸ ਇੱਕ ਬੋਰਡ ਦੀ ਜ਼ਰੂਰਤ ਨਹੀਂ ਵੱਡਾ ਕਾਗਜ਼ ਫੋਟੋ ਸਟੇਟ ਕਰਕੇ ਉਹ 'ਤੇ ਲਿਖੋ 8% RC ਚਾਰਜਿਸ ਪਲੱਸ 770 ਰੁਪਈਏ RC ਚਾਰਜਿਸ ਆ ਡਿਟੇਲ ਲੋਨ ਲਾਉਣ ਦੀ ਲੋੜ ਨਹੀਂ 8% ਔਨ ਬੇਸਿਕ ਅਮਾਊਂਟ ਬੇਸਿਕ ਪ੍ਰਾਈਜ਼ 8% ਪਲੱਸ 770 ਨੋ ਐਨੀ ਕੈਰੇਜ ਜਿਹੜਾ 5,500 ਦਾ ਟੀਕਾ ਠੋਕਦੇ ਹੋ ਨੋ ਐਨੀ ਕੈਰੇਜ ਇਹ ਲਿਖ ਕੇ ਕੱਲ੍ਹ ਨੂੰ ਇੱਥੇ ਲਾਓ ਜੇ ਨਹੀਂ ਲਾਓਗੇ ਅਸੀਂ ਆਪਣੇ ਵੋਟ ਲਾ ਕੇ ਜਾਵਾਂਗੇ ਉਹਦੇ ਨਾਲ ਤੁਹਾਡੀ ਇਨਸਲਟ ਹੋਊਗੀ ਵਪਾਰੀ ਬੰਦਾ ਇੱਜ਼ਤ ਵਾਸਤੇ ਕੰਮ ਕਰਦਾ ਬਿਲਕੁਲ ਇਹਨੂੰ ਵਧਾਓ ਹੋਰ ਇੱਜ਼ਤ ਨੂੰ ਚੰਗਾ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ ਬੋਲੋ ਬੋਲੋ ਹਾਂਜੀ ਐਕਸਕਿਊਜ਼ ਮੀ ਸਰ
ਸਰ ਮੰਗ ਐਕਟੀਵਾ ਲਿਆ 11 ਤਰੀਕ ਕਿੱਥੋਂ ਲਿਆ ਤੁਸੀਂ ਫਾਈਨਰ ਹਾਂਜੀ ਅੱਛਾ ਜਿਹੜਾ ਤਾਲਾ ਲਾ ਕੇ ਭੱਜਿਆ ਤਾਲਾ ਲਾ ਕੇ ਭੱਜਿਆ ਸਾਡੇ ਕੋਲ 5-4 ਬੰਦੇ ਉਹਦੇ ਹੈਗੇ ਸੀ ਉਹ ਹੁਣ ਦੇਖਿਆ ਵੀ ਕਲਸੀ ਦੇ ਆ ਗਏ ਇਧਰ ਉਧਰ ਗਾਂ ਸਪਰੈਡ ਹੋ ਜਾਂਦੀ ਹੈ ਤੁਸੀਂ ਮੇਰੇ ਕੋਲ ਲੈਟਰ ਲਿਖੀ ਹੈ ਤੁਸੀਂ ਮੈਨੂੰ ਦੇ ਦਿਓ ਤੁਹਾਡੇ ਪੈਸੇ ਘਰ ਪਹੁੰਚਦੇ ਹੋਣਗੇ ਠੀਕ ਹੈ ਸਰ ਕਿੰਨੇ ਚਾਰਜ ਕੀਤੇ ਤੁਹਾਡੇ ਕੋਲ ਇਹਨਾਂ ਨੇ 5350 ਰੁਪਏ ਆਰਸੀ ਲਏ ਸਰ 399 ਰੁਪਏ ਪ੍ਰੋਵੀਜ਼ਨ ਆਰਸੀ ਲਈ ਟੋਟਲ ਮੇਰੇ ਕੋਲ ਇਹਨਾਂ ਨੇ 52 ਪਲੱਸ ਪ੍ਰੋਵੀਜ਼ਨਲ ਦਾ ਕਿੰਨਾ 399 ਲਾਇਓ ਵਿੱਚ ਪਾ ਕੇ ਕਿੰਨੇ ਹੋ ਗਏ 53 ਸਵੇਰੇ ਕੰਪਨੀ ਵਾਲੇ ਤੁਹਾਡੇ ਘਰੇ ਪੈਸੇ ਮੋੜਨ ਆਉਣਗੇ ਮੈਂ ਤੁਹਾਨੂੰ ਇੰਨੇ ਪੈਸੇ ਵਾਪਸ ਕਰਨ ਆਉਂਦੇ ਤੁਸੀਂ ਵੀ ਗਾਹ ਤੋਂ ਬਈ ਪੈਸੇ ਮੜਵਾਉਣੇ ਆ ਮੈਂ ਜਿੰਨੇ ਬੰਦੇ ਅੱਗੇ ਪਿੱਛੇ ਵਾਲੇ ਨਾ ਹਟੇ ਮੈਂ ਪੈਸੇ ਮੜਵਾਉਣੇ ਨਾ ਹਟੇ ਸਰ ਡਬਲ ਨੇ ਦੋਨੋਂ ਦੇ ਦਿਓ ਤੁਹਾਨੂੰ ਮੈਂ ਨਾ ਚੱਕਾਂ ਆਪਣਾ ਨਾਮ ਲਿਖ ਕੇ ਮੈਨੂੰ SMS ਦੇ ਦੇਣਾ ਕਾਲ ਜਦੀ 500 ਪੈਸੇ ਘਰੇ ਪਹੁੰਚਦੇ ਹੋਣਗੇ ਮੇਰਾ ਦੁਮਾਨ ਜੀ ਠੀਕ ਹੈ ਜੀ ਇਹ ਨੰਬਰ ਆਪਣਾ ਲਿਖ ਲਿਆ ਠੀਕ ਹੈ ਜੀ ਮੈਂ ਤੁਹਾਨੂੰ ਫੁੱਲ ਡਿਟੇਲ ਦਿੰਦਾ ਮੇਰੇ ਕੋਲ ਇਹਦੇ ਵਿੱਚ ਹੈਗੀ ਹੈ ਹੋਰ ਪ੍ਰਾਈਸ ਜਾਇਜ਼ ਹੋਊਗਾ ਨਜਾਇਜ਼ ਹੋਊਗਾ ਕਿੱਥੋਂ ਕਿੱਥੇ ਪਹੁੰਚ ਗਏ ਪਰ ਨੀਅਤ ਨਹੀਂ ਲੱਗੀ।